ਪੰਜਾਬ ਭਰ ਵਿੱਚ ਅੱਜ ਦਾ ਦਿਨ ਰੈਲੀਆਂ ਦੇ ਨਾਮ ਤੇ ਰਿਹਾ ਹੈ। ਇਸੇ ਦੌਰਾਨ ਕਾਂਗਰਸ ਨੇ ਵੀ ਲੰਬੀ ਦੇ ਕਿਲਿਆਂਵਾਲੀ 'ਚ ਵੱਡੀ ਰੈਲੀ ਕੀਤੀ ਹੈ। ਰੈਲੀ ਦੌਰਾਨ ਕਾਂਗਰਸੀਆਂ ਨੇ ਅਕਾਲੀ ਦਲ 'ਤੇ ਵੱਡੇ ਹਮਲੇ ਕੀਤੇ ਹਨ, ਪਰ ਕਾਂਗਰਸ ਦੀ ਕਿਲਿਆਂਵਾਲੀ ਰੈਲੀ ਬਾਅਦ ਖਾਸ ਨਜ਼ਾਰਾ ਵੇਖਣ ਨੂੰ ਮਿਲਿਆ ਹੈ, ਜਦੋਂ ਦਿਨ ਭਰ ਦੀ ਥਕਾਨ ਉਤਾਰਨ ਲਈ ਇਕੱਠ ਨੇ ਠੇਕਿਆਂ 'ਤੇ ਜਾ ਕੇ ਖੂਬ ਰੌਣਕਾਂ ਲਾਈਆਂ। ਕਿਲਿਆਂਵਾਲੀ ਵਿੱਚ ਕਾਂਗਰਸ ਦੀ ਰੈਲੀ 'ਚ ਪੰਜਾਬ ਭਰ ਤੋਂ ਕਾਂਗਰਸ ਸਮਰਥਕਾਂ ਨੇ ਸ਼ਿਰਕਤ ਕੀਤੀ ਸੀ। ਰੈਲੀ ਤੋਂ ਬਾਅਦ ਭੀੜ ਠੇਕਿਆਂ 'ਤੇ ਜਮ੍ਹਾਂ ਹੋਣੀ ਸ਼ੁਰੂ ਹੋ ਗਈ। ਕਈ ਲੋਕ ਤਾਂ ਰੈਲੀ ਵਿੱਚ ਜਾਣ ਦੀ ਬਜਾਏ ਠੇਕੇ ਵੱਲ ਹੀ ਚੱਲਦੇ ਬਣੇ। ਹਾਲਾਂਕਿ ਪੰਜਾਬ ਦੀ ਹੱਦ ਵਿੱਚ ਸਿਰਫ ਇੱਕ ਹੀ ਠੇਕਾ ਸੀ ਜਿਸ 'ਤੇ ਲੋਕਾਂ ਦੀ ਗਿਣਤੀ ਘੱਟ ਸੀ, ਪਰ ਹਰਿਆਣਾ ਦੀ ਹੱਦ ਨਾਲ ਲੱਗਦੇ ਠੇਕੇ ਵਿੱਚ ਸੈਂਕੜੇ ਗਿਣਤੀ ਦੇ ਲੋਕਾਂ ਦਾ ਇਕੱਠ ਜਮ੍ਹਾਂ ਸੀ। ਹਰਿਆਣਾ ਦੀ ਹੱਦ ਨਾਲ ਲੱਗਦੇ ਠੇਕੇ ਵਿੱਚ ਲੋਕ ਇੱਕ ਦੋ ਨਹੀਂ ਬਲਕਿ 6-6 ਬੋਤਲਾਂ ਖਰੀਦਦੇ ਨਜ਼ਰ ਆਏ। ਪੰਜਾਬ ਦੇ ਐਕਸਾਈਜ਼ ਵਿਭਾਗ ਦੀ ਟੀਮ ਵੀ ਉੱਥੇ ਹੀ ਮੌਜੂਦ ਸੀ, ਪਰ ਲੋਕਾਂ ਨੇ ਉਹਨਾਂ ਦੀ ਕੋਈ ਪੇਸ਼ ਨਹੀਂ ਜਾਣ ਦਿੱਤੀ ਕਿਉਂਕਿ ਉਹ ਆਖਿਰਕਾਰ ਸਰਕਾਰੀ ਰੈਲੀ 'ਤੇ ਆਏ ਸਨ। ਬਿਊਰੋ ਰਿਪੋਰਟ, ਪੰਜਾਬ ਟੂਡੇ।